ਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਉਮੀਦ ਕਰਦਾ ਜੀ ਸਾਰੇ ਠੀਕ ਹੋਣਗੇ ਅਤੇ ਸਵਸਥ ਹੋਣਗੇ। ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਰਲਡ ਮਿਊਜ਼ਿਕ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਵਰਲਡ ਮਿਊਜ਼ਿਕ ਡੇ ਵਾਲੇ ਦਿਨ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਮਿਊਜ਼ਿਕ ਸਟੂਡੀਓ ਦੇ ਵਿੱਚ, ਤਾਂ ਕਿ ਤੁਹਾਨੂੰ ਮੈਂ ਇੱਕ ਮਿਊਜ਼ਿਕ ਸਟੂਡੀਓ ਦਾ ਮਾਹੌਲ ਦਿਖਾ ਸਕਾਂ, ਇੱਕ ਪੂਰਾ ਟੂਰ ਕਰਵਾ ਸਕਾਂ। ਸੋ ਉਮੀਦ ਕਰਦਾ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਪਸੰਦ ਕਰੋਗੇ। ਅਤੇ ਸਾਰਿਆਂ ਨੂੰ ਵਰਲਡ ਮਿਊਜ਼ਿਕ ਡੇ ਦੀਆਂ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਜੀ ਮੈਂ ਸਟਾਰਟ ਕਰਨ ਜਾ ਰਿਹਾ ਸਾਡਾ ਜੋ ਸਭ ਤੋਂ ਪਹਿਲਾਂ ਓਪਰੇਟਿੰਗ ਜੋ ਸਿਸਟਮ ਹੈ ਸਾਡਾ, ਜਿੱਥੋਂ ਅਸੀਂ ਓਪਰੇਟ ਕਰਦੇ ਹਾਂ ਸਾਰਾ ਕੁਛ, ਹੈ ਨਾ, ਉਹ ਜਗ੍ਹਾ ਆ ਗਈ ਹੈ। ਸੋ ਸਭ ਤੋਂ ਪਹਿਲਾਂ ਜੋ ਮਿਊਜ਼ਿਕ ਸਟੂਡੀਓ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਾਣਕਾਰੀ ਦੇਣਾ। ਸੋ ਸਭ ਤੋਂ ਪਹਿਲਾਂ ਆ ਗਏ ਜੀ ਮੋਨੀਟਰਸ, ਆਹ ਜਿਹੜੇ ਸਪੀਕਰ ਤੁਸੀਂ ਦੇਖ ਰਹੇ ਹੋ, ਹੈ ਨਾ, ਆਹ ਅਲੱਗ ਅਲੱਗ ਇਹ ਜੋ ਸਪੀਕਰ ਵੂਡਨ ਦੇ ਬਣੇ ਹੋਏ ਆ। ਸੋ ਇਹ ਹੁੰਦੇ ਆ ਜੀ ਮੋਨੀਟਰਸ, ਜਦੋਂ ਵੀ ਅਸੀਂ ਕੁਛ ਵੀ ਰਿਕਾਰਡ ਕਰਦੇ ਹਾਂ, ਕੋਈ ਮਿਊਜ਼ਿਕ ਬਣਾਉਂਦੇ ਹਾਂ, ਤਾਂ ਉਹਦੀ ਜਿਹੜੀ ਆਊਟਪੁੱਟ ਹੈ ਇਹਨਾਂ ਮੋਨੀਟਰਸ ਤੋਂ ਲਿੱਤੀ ਜਾਂਦੀ ਹੈ। ਸੋ ਜਦੋਂ ਵੀ ਅਸੀਂ ਕੋਈ ਵੀ ਪ੍ਰੋਜੈਕਟ ਕਰਦੇ ਹਾਂ ਸਟੂਡੀਓ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜਿਹੜੇ ਆ ਮੋਨੀਟਰਸ ਜਿਹੜੇ ਹੈਗੇ ਉਹ ਆਪਾਂ ਨੂੰ ਉਸ ਚੀਜ਼ ਦੀ ਆਊਟਪੁੱਟ ਦਿੰਦੇ ਆ। ਵੋਕਲ ਹੋਵੇ, ਇੰਸਟਰੂਮੈਂਟ ਹੋਵੇ, ਕੋਈ ਇੰਸਟਰੂਮੈਂਟ ਰਿਕਾਰਡ ਕਰਦੇ ਹਾਂ, ਸਭ ਕੁਝ ਅਸੀਂ ਇਹਨਾਂ ਮੋਨੀਟਰਸ ਤੋਂ ਜਿਹੜੀ ਹੈਗੀ ਆ ਅਸੀਂ ਪਹਿਲਾਂ ਆਊਟਪੁੱਟ ਲੈਂਦੇ ਹਾਂ। ਦੂਸਰੀ ਚੀਜ਼ ਕੀ ਹੈ, ਸਾਡੇ ਕੋਲ LED ਜਾਂ ਸਕਰੀਨ ਜਿਹੜੀ ਹੈ ਹੋਣੀ ਚਾਹੀਦੀ ਹੈ, ਕਿਉਂਕਿ ਜੋ ਵੀ ਅਸੀਂ ਕੰਮ ਕਰ ਰਹੇ ਹਾਂ PC ਜਿਹੜਾ ਹੈਗਾ ਜ਼ਰੂਰੀ ਹੈ, ਨਾਲ ਉਹਦੇ LED ਆ, ਮਤਲਬ PC ਪੂਰਾ ਕਹਿ ਸਕਦੇ, ਪੂਰਾ PC ਸਿਸਟਮ, ਯਾਨੀ ਕੰਪਿਊਟਰ ਹੋਵੇ ਤੁਹਾਡੇ ਕੋਲ, ਲੈਪਟੋਪ ਹੋਵੇ, ਤਾਂ ਉਹਦੇ 'ਤੇ ਤੁਸੀਂ ਕੀ ਹੈ ਆਪਣਾ ਕੋਈ ਵੀ ਸੋਫਟਵੇਅਰ ਜਿਹਦੇ ਤੁਸੀਂ ਮਿਊਜ਼ਿਕ ਬਣਾਉਣਾ, ਤਾਂ ਉਹ ਚੀਜ਼ ਜਿਹੜੀ ਹੈ ਦਿਖਾਉਣੀ ਹੈ, ਤਾਂ ਉਹਦੇ ਵਾਸਤੇ ਸਕਰੀਨ ਜ਼ਰੂਰੀ ਹੈ। ਸੋ PC ਅਤੇ ਨਾਲ ਜਿਹੜਾ ਉਹਦਾ ਮੋਨੀਟਰ ਹੀ ਆ, ਉਹਦੀ ਸਕਰੀਨ ਜ਼ਰੂਰੀ ਹੈ। ਸੋ ਇੱਥੇ ਇੱਕ ਸਕਰੀਨ ਲੱਗੀ ਹੈ। ਉਸ ਤੋਂ ਬਾਅਦ ਆ ਗਿਆ ਜੀ ਮਿਕਸਰ 'ਤੇ। ਹੁਣ ਅਲੱਗ ਅਲੱਗ ਤਰ੍ਹਾਂ ਦੇ ਮਿਕਸਰ ਆਉਂਦੇ ਆ। ਹੁਣ ਇਹ ਯਾਮਾਹਾ ਦਾ ਇੱਕ ਮਿਕਸਰ ਹੈ, ਬਹੁਤ ਵਧੀਆ ਮਿਕਸਰ ਹੈ। ਅਤੇ ਹੁਣ ਮਿਕਸਰ ਦਾ ਕੰਮ ਕੀ ਹੈ, ਜੋ ਵੀ ਅਸੀਂ ਕੰਮ ਕਰਦੇ ਹਾਂ, ਠੀਕ ਹੈ, ਜੋ ਵੀ ਅਸੀਂ ਪ੍ਰੋਜੈਕਟ ਕਰਦੇ ਹਾਂ, ਕੰਮ ਜਿੰਨਾ ਵੀ ਅਸੀਂ ਹੁੰਦਾ, ਤਾਂ ਮਿਕਸਰ ਦੀ ਬਹੁਤ ਹੈਲਪ ਹੋ ਜਾਂਦੀ ਹੈ। ਮਿਕਸਰ ਦੇ ਨਾਲ ਬਹੁਤ ਹੈਲਪ ਹੁੰਦੀ ਹੈ, ਕਿਉਂਕਿ ਆਵਾਜ਼ ਨੂੰ ਮਤਲਬ ਕਿ ਕਰਨਾ, ਬੈਲੈਂਸ ਕਰਨਾ, ਜਾਂ ਮਤਲਬ ਕਿ ਵੋਲੀਅਮ ਘੱਟ ਵੱਧ ਕਰਨਾ, ਬਹੁਤ ਸਾਰੇ ਕੰਮ ਹੈ ਛੋਟੇ ਛੋਟੇ ਜੋ ਮਿਕਸਰ ਨਾਲ ਹੁੰਦੇ ਆ। ਸੋ ਮਿਕਸਰ ਹੋਣਾ ਵੀ ਜ਼ਰੂਰੀ ਹੈ, ਕਈਆਂ ਕੋਲ ਨਹੀਂ ਵੀ ਹੁੰਦਾ, ਬਟ ਮਤਲਬ ਕਿ ਚਲੋ ਅਗਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਵੀ ਤੁਹਾਡਾ ਕੰਮ ਚੱਲ ਜਾਂਦਾ, ਬਟ ਅਗਰ ਹੈ ਤਾਂ ਬਹੁਤ ਵਧੀਆ ਚੀਜ਼ ਹੈ। ਸੋ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਜੀ ਰਿਕਾਰਡਿੰਗ ਕੈਬਿਨ ਦੇ ਅੰਦਰ। ਰਿਕਾਰਡਿੰਗ ਕੈਬਿਨ ਜਿੱਥੇ ਵੋਕਲ ਰਿਕਾਰਡ ਕੀਤੀ ਜਾਂਦੀ ਹੈ, ਅਤੇ ਵੋਕਲ ਰਿਕਾਰਡਿੰਗ ਜਿਹੜਾ ਕੈਬਿਨ ਹੈ ਉਹਦੇ ਵਿੱਚ ਕੀ ਕੀ ਜ਼ਰੂਰੀ ਹੈ, ਆ ਜਾਓ ਮੈਂ ਤੁਹਾਨੂੰ ਦਿਖਾਉਂਦਾ। ਸੋ ਸਭ ਤੋਂ ਪਹਿਲਾਂ ਬਹੁਤ ਹੀ ਜ਼ਰੂਰੀ ਚੀਜ਼ ਕੀ ਹੈ, ਕੰਡੈਂਸਰ ਮਾਈਕ। ਇਹ ਹੈ ਜੀ ਕੰਡੈਂਸਰ ਮਾਈਕ। ਸੋ ਇੱਕ ਨਾ ਪਿਛਲੇ ਚੈਨਲ 'ਤੇ ਮੈਂ ਆਪਦੀ ਵੀਡੀਓ ਅਪਲੋਡ ਕੀਤੀ ਸੀ, ਸਾਰਾ ਸਟੂਡੀਓ ਟੂਰ ਹੀ ਕਰਾਇਆ ਸੀ ਉਹ ਵੀ, ਤਾਂ ਉਹਦੇ ਵਿੱਚ ਵੀ ਮੈਂ ਦੱਸਿਆ ਸੀ ਕੰਡੈਂਸਰ ਮਾਈਕ ਰਿਕਾਰਡਿੰਗ ਵਾਸਤੇ ਹੀ ਹੁੰਦਾ। ਸਭ ਤੋਂ ਜ਼ਰੂਰੀ ਕੀ ਚੀਜ਼ ਹੈਗੀ ਰਿਕਾਰਡਿੰਗ ਵਾਸਤੇ, ਕੰਡੈਂਸਰ ਮਾਈਕ। ਇੱਕ ਡਾਇਨਾਮਿਕ ਮਾਈਕ ਹੁੰਦਾ, ਇੱਕ ਕੰਡੈਂਸਰ ਮਾਈਕ ਹੁੰਦਾ, ਇਹਨੂੰ ਅਸੀਂ ਕਹਿੰਦੇ ਹਾਂ ਕੰਡੈਂਸਰ ਮਾਈਕ। ਸੋ ਕੰਡੈਂਸਰ ਮਾਈਕ ਦਾ ਕੰਮ ਜੋ ਹੈ ਬਹੁਤ ਹੀ ਜ਼ਰੂਰੀ ਹੈ ਰਿਕਾਰਡਿੰਗ ਦੇ ਵਿੱਚ, ਜਾਂ ਕੋਈ ਵੀ ਅਸੀਂ ਟਰੈਕ ਰਿਕਾਰਡ ਕਰਦੇ ਹਾਂ, ਗਾਣਾ ਰਿਕਾਰਡ ਕਰਦੇ ਹਾਂ। ਸੋ ਉਹਦੇ ਅੱਗੇ ਜੀ ਨੈੱਟ ਲੱਗਿਆ ਹੁੰਦਾ। ਸੋ ਮੈਂ ਰਿਕੁਐਸਟ ਕਰਦਾ ਥੋੜ੍ਹਾ ਤੁਸੀਂ ਅੱਗੇ ਆ ਕੇ ਇਸ ਚੀਜ਼ ਨੂੰ ਦਿਖਾਓ। ਅਤੇ ਆਹ ਨੈੱਟ ਲੱਗਿਆ ਹੋਇਆ, ਨੈੱਟ ਐਕਚੁਅਲੀ ਇੱਕ ਦੂਰੀ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਉਂਦਾ ਮਾਈਕ ਤੋਂ, ਕਿਉਂਕਿ ਇਹ ਬਹੁਤ ਸੈਂਸਿਟਿਵ ਮਾਈਕ ਹੁੰਦਾ, ਬਹੁਤ ਜਲਦੀ ਆਵਾਜ਼ ਕੈਚ ਕਰਦਾ, ਜਿਹਦੇ ਕਰਕੇ ਇੱਕ ਦੂਰੀ ਬਣਾਈ ਰੱਖਣੀ ਥੋੜ੍ਹੀ ਜਿਹੀ ਜ਼ਰੂਰੀ ਹੁੰਦੀ ਹੈ। ਅਤੇ ਉਸ ਤੋਂ ਇਲਾਵਾ ਇਹਦਾ ਕੰਮ ਇਹ ਹੈ ਕਿ ਜਦੋਂ ਅਸੀਂ ਗਾਉਂਦੇ ਹਾਂ, ਕਈ ਵਾਰ ਹੁੰਦਾ ਵੀ ਸਾਡਾ ਜੋ ਆਵਾਜ਼ ਹੈ, ਜਾਂ ਜੋ ਸੋਰੀ ਕਹਿ ਸਕਦੇ ਹਾਂ ਵੀ, ਕਹਿ ਲਓ ਪੰਜਾਬੀ 'ਚ ਕਹਿੰਦੇ ਥੁੱਕ ਕਹਿ ਸਕਦੇ, ਹੈ ਨਾ, ਉਹ ਇਹਦੇ ਅੰਦਰ ਨਾ ਜਾਵੇ, ਠੀਕ ਹੈ, ਤਾਂ ਉਹਦੀ ਪ੍ਰੋਟੈਕਸ਼ਨ ਵਾਸਤੇ ਇਹ ਨੈੱਟ ਹੁੰਦਾ। ਸੋ ਕੈਬਿਨ ਦੇ ਵਿੱਚ ਕੀ ਹੁੰਦਾ, ਕੈਬਿਨ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਪੈਡਿੰਗ ਕੀਤੀ ਹੁੰਦੀ ਹੈ। ਸੋ ਜਿੰਨਾ ਵੀ ਆ ਪੈਡਿੰਗ ਕੀਤੀ ਹੈ, ਇਹਦਾ ਕੰਮ ਇਹ ਹੈ ਕਿ ਇਹਦੇ ਨਾਲ ਆਵਾਜ਼ ਗੂੰਜਦੀ ਨਹੀਂ, ਕਿਉਂਕਿ ਜੇ ਅਗਰ ਆਵਾਜ਼ ਗੂੰਜੇਗੀ ਤਾਂ ਉਹ ਵੀ ਕੰਡੈਂਸਰ ਮਾਈਕ ਦੇ ਵਿੱਚ ਰਿਕਾਰਡ ਹੁੰਦੀ ਹੈ। ਸੋ ਆਹ ਕੈਬਿਨ ਹੈ, ਇਸ ਲਈ ਇਹਨੂੰ ਸੈਪਰੇਟ ਇਸ ਕਰਕੇ ਬਣਾਇਆ ਜਾਂਦਾ, ਅਲੱਗ ਇਸ ਕਰਕੇ ਬਣਾਇਆ ਜਾਂਦਾ, ਤਾਂ ਕਿ ਹੋਰ ਐਕਸਟਰਾ ਆਵਾਜ਼ ਕੋਈ ਵੀ
ਇਹਦੇ ਵਿੱਚ ਰਿਕਾਰਡ ਨਾ ਹੋਵੇ। ਉਸ ਤੋਂ ਬਾਅਦ ਇੱਕ ਹੋਰ ਮੇਨ ਚੀਜ਼ ਕੀ ਹੈ ਜੀ, ਹੈੱਡਫੋਨ। ਸੋ ਹੈੱਡਫੋਨ ਜਿਹੜੇ ਹੈ, ਜਦੋਂ ਅਸੀਂ ਰਿਕਾਰਡਿੰਗ ਕਰਦੇ ਹਾਂ, ਵੋਕਲ ਰਿਕਾਰਡ ਕਰਦੇ ਹਾਂ, ਤਾਂ ਹੈੱਡਫੋਨਸ ਦਾ ਕੰਮ ਕੀ ਹੁੰਦਾ ਹੈ, ਇਹਨੂੰ ਲਗਾ ਕੇ ਜੋ ਮਿਊਜ਼ਿਕ ਹੈ ਉਹ ਸੁਣਿਆ ਜਾਂਦਾ। ਅਗਰ ਅਸੀਂ ਇੱਥੇ ਸਪੀਕਰ ਲਗਾ ਦਿੰਦੇ ਹਾਂ ਤਾਂ ਸਪੀਕਰ ਦੀ ਆਵਾਜ਼ ਵੀ ਇਹਦੇ 'ਚ ਫਿਰ ਰਿਕਾਰਡ ਉਵੇਂ ਹੋਈ ਜਾਏਗੀ ਜੋ ਵੀ ਸਪੀਕਰ ਦੇ ਵਿੱਚ ਚੱਲੇਗਾ। ਇਸ ਲਈ ਹੈੱਡਫੋਨ ਲਗਾ ਕੇ ਪ੍ਰੋਪਰ ਅਤੇ ਮਿਊਜ਼ਿਕ ਜਿਹੜਾ ਹੈ, ਜੋ ਟਰੈਕ ਬਣਿਆ ਹੁੰਦਾ ਉਹਨੂੰ ਸੁਣਿਆ ਜਾਂਦਾ ਇਹਦੇ 'ਤੇ, ਅਤੇ ਫਿਰ ਮਾਈਕ ਦੇ ਵਿੱਚ ਗਾਇਆ ਜਾਂਦਾ। ਇਹ ਕੰਮ ਹੈ ਜੀ ਇਹਨਾਂ ਦਾ। ਉਸ ਤੋਂ ਇਲਾਵਾ ਹੋਰ ਵੀ ਤੁਸੀਂ ਕਾਫ਼ੀ ਕੁਛ ਰੱਖ ਸਕਦੇ ਹੋ, ਜਿੱਦਾਂ ਕਈ ਲੋਕ ਸਟੈਂਡ ਰੱਖ ਕੇ ਐਕਸਟਰਾ ਦਾ ਸਟੈਂਡ ਕੋਈ ਰੱਖ ਸਕਦਾ, ਉਹ ਉਹਨਾਂ ਦੀ ਇੱਛਾ। ਇਸ ਤੋਂ ਇਲਾਵਾ ਲਿਰਿਕ ਸਟੈਂਡ ਇਹਨਾਂ ਨੇ ਰੱਖਿਆ, ਜਿਵੇਂ ਇੱਥੇ ਲਿਰਿਕ ਸਟੈਂਡ ਵੀ, ਕੋਈ ਅਗਰ ਤੁਹਾਨੂੰ ਲਿਰਿਕਸ ਭੁੱਲਦੇ ਹੈ ਜਾਂ ਤੁਹਾਨੂੰ ਨਹੀਂ ਯਾਦ ਗਾਣਾ ਤੁਸੀਂ ਜੋ ਗਾ ਰਹੇ ਹੋ, ਤਾਂ ਉਹ ਲਿਰਿਕ ਸਟੈਂਡ 'ਤੇ ਨੋਟਬੁੱਕ ਰੱਖ ਕੇ ਜਾਂ ਪੇਜ ਰੱਖ ਕੇ ਤੁਸੀਂ ਦੇਖ ਕੇ ਗਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕੋਈ ਵੀ ਇੰਸਟਰੂਮੈਂਟ ਰਿਕਾਰਡ ਹੋਣਾ ਹੁੰਦਾ, ਉਹਦਾ ਵੀ ਪ੍ਰੋਸੈਸ ਸੇਮ ਹੀ ਹੁੰਦਾ। ਮਾਈਕ ਲਗਾ ਕੇ ਜਾਂ ਮਾਈਕ ਇੰਸਟਰੂਮੈਂਟ ਨੂੰ ਲੀਡ ਲਗਾ ਕੇ ਰਿਕਾਰਡ ਕੀਤਾ ਜਾਂਦਾ, ਅਤੇ ਉਹਦੀ ਆਊਟਪੁੱਟ ਜਿਹੜੀ ਹੈ ਬਾਹਰਲੇ ਸਾਈਡ ਜਿਹੜੀ ਹੈ ਲਈ ਜਾਂਦੀ ਹੈ। ਸੋ ਹੁਣ ਅੱਗੇ ਆਉਂਦੇ ਹਾਂ ਜੀ, ਅੱਗੇ ਇੱਕ ਬਹੁਤ ਜ਼ਰੂਰੀ ਚੀਜ਼ ਕੀ ਹੈ ਜੀ, ਸਾਊਂਡ ਕਾਰਡ। ਦਿਖਾਉਣਾ ਚਾਹੁੰਦਾ ਮੈਂ ਸਾਊਂਡ ਕਾਰਡ ਪਿਆ ਹੋਇਆ ਜਿਵੇਂ। ਸੋ ਸਾਊਂਡ ਕਾਰਡ ਉਹ ਚੀਜ਼ ਹੈ ਜਿਹਦੇ ਤੋਂ ਬਿਨਾਂ ਰਿਕਾਰਡਿੰਗ ਨਹੀਂ ਹੋ ਸਕਦੀ। ਸੋ ਸਾਊਂਡ ਕਾਰਡ ਹੋਣਾ ਸਭ ਤੋਂ ਇੰਪੋਰਟੈਂਟ ਹੈ। ਅਗਰ ਤੁਹਾਡੇ ਕੋਲ ਮਾਈਕ ਹੈ, ਮੋਨੀਟਰਸ ਹੈਗੇ ਆ, ਸਭ ਕੁਛ ਹੈਗਾ, ਠੀਕ ਹੈ, ਦੈਟਸ ਇਟ, ਵਧੀਆ, ਚਲੋ। ਬਟ ਜੇ ਅਗਰ ਸਾਊਂਡ ਕਾਰਡ ਨਹੀਂ ਹੈਗਾ, ਸਾਊਂਡ ਕਾਰਡ ਤੋਂ ਬਿਨਾਂ ਜਿਹੜੀ ਹੈਗੀ ਹੈ ਤੁਹਾਡੀ ਰਿਕਾਰਡਿੰਗ ਨਹੀਂ ਹੋ ਸਕਦੀ। ਸੋ ਇੱਕ ਬਹੁਤ ਇੰਪੋਰਟੈਂਟ ਹਿੱਸਾ ਜਿਹੜਾ ਹੈਗਾ ਰਿਕਾਰਡਿੰਗ ਸਟੂਡੀਓ ਦਾ, ਉਹ ਹੈ ਜੀ ਸਾਊਂਡ ਕਾਰਡ। ਤਾਂ ਇੱਥੇ ਸਾਊਂਡ ਕਾਰਡ ਜਿਹੜਾ ਹੈ ਰੱਖਿਆ ਹੋਇਆ। ਅਤੇ ਉਸ ਤੋਂ ਇਲਾਵਾ ਪੀ ਸੀ ਤੁਹਾਨੂੰ ਮੈਂ ਦੱਸਿਆ ਸੀਗਾ, ਜਿੱਦਾਂ ਹੁਣ ਥੋੜ੍ਹਾ ਸਮਾਨ ਅਸੀਂ ਰੱਖਿਆ ਹੋਇਆ ਇੱਥੇ, ਅਤੇ ਖਲਾਰਾ ਇੱਕ ਵਾਰ ਪਿਆ ਹੋਇਆ, ਪਰ ਇੱਕ ਵਾਰ ਮੈਨੇਜ ਤੁਹਾਨੂੰ ਵੀ ਕਰਨਾ ਪਏਗਾ। ਸੋ ਆਹ ਸਾਰਾ ਸਿਸਟਮ, ਹੈੱਡਫੋਨ ਹੈਗੇ ਆ, ਪੀ ਸੀ ਰੱਖਿਆ, ਮੋਨੀਟਰਸ ਹੈ। ਉਸ ਤੋਂ ਇਲਾਵਾ ਇੱਥੇ ਵੀ ਪੈਡਿੰਗ ਅਸੀਂ ਕੀਤੀ ਹੋਈ ਆ ਅਲੱਗ ਤਰ੍ਹਾਂ ਨਾਲ, ਕਿਉਂਕਿ ਆਵਾਜ਼ ਗੂੰਜੇ ਨਾ। ਸੋ ਆਵਾਜ਼ ਨਾ ਗੂੰਜੇ ਇਹਦੇ ਕਰਕੇ ਜਿਹੜੀ ਪੈਡਿੰਗ ਕੀਤੀ ਜਾਂਦੀ ਹੈ। ਸੋ ਹੁਣ ਇੱਕ ਹੋਰ ਜ਼ਰੂਰੀ ਚੀਜ਼ ਕੀ ਹੈ ਜੀ, ਜਿਹੜਾ ਹੁਣ ਕੈਬਿਨ ਦਾ ਇੱਕ ਉਹ ਵਾਲਾ ਹਿੱਸਾ ਜਿੱਥੇ ਮਿਰਰ ਲੱਗਿਆ ਹੁੰਦਾ, ਹੁਣ ਇਹਦੇ 'ਚ ਕੀ ਹੈ, ਸਾਹਮਣੇ ਜੋ ਆਰਟਿਸਟ ਗਾ ਰਿਹਾ, ਜੋ ਸਿੰਗਰ ਗਾ ਰਿਹਾ, ਉਹਦਾ ਕੰਟੈਕਟ ਓਪਰੇਟਰ ਨਾਲ ਹੋਵੇ। ਇਹ ਜਿਹੜਾ ਹੁਣ ਓਪਰੇਟਿੰਗ ਏਰੀਆ ਹੈ, ਇੱਥੇ ਓਪਰੇਟਰ ਬੈਠਦਾ, ਜਿੱਦਾਂ ਮੰਨ ਲਓ ਓਪਰੇਟ ਅਸੀਂ ਕਰਦੇ ਪਏ ਹਾਂ, ਤਾਂ ਓਪਰੇਟਿੰਗ ਏਰੀਆ ਜਿਹੜਾ ਹੈ ਉਹਦੇ ਸਾਹਮਣੇ ਹੀ ਇੱਕ ਕੈਬਿਨ ਜਿਹੜਾ ਸ਼ੀਸ਼ਾ ਲੱਗਾ ਹੋਇਆ ਕੈਬਿਨ ਦਾ। ਹੁਣ ਸਿੰਗਰ ਗਾ ਰਿਹਾ ਅਤੇ ਓਪਰੇਟਰ ਦੇ ਨਾਲ ਉਹ ਕੰਟੈਕਟ ਦੇ ਵਿੱਚ ਹੈ, ਬਿਲਕੁਲ ਇਸ ਜਗ੍ਹਾ 'ਤੇ, ਠੀਕ ਹੈ, ਤਾਂ ਕਿ ਪ੍ਰੋਪਰ ਅਸੀਂ ਗਾਈਡ ਕਰ ਸਕੀਏ। ਉਹ ਮਤਲਬ ਕਿ ਸਿੰਗਰ ਨੂੰ ਕੀ ਹੈ ਵੀ ਸਿੰਗਰ ਕੀ ਗਾ ਰਿਹਾ, ਅਗਰ ਕੋਈ ਗਲਤੀ ਹੁੰਦੀ ਹੈ, ਕਿਵੇਂ ਸਟਾਰਟ ਕਰਨਾ, ਖਤਮ ਕਰਨਾ, ਕੋਈ ਲਾਈਨ ਨੂੰ ਉੱਪਰ ਨੀਚੇ ਗਾਣਾ ਕਿਵੇਂ ਵੀ ਹੈ, ਤਾਂ ਉਹ ਕੀ ਹੈ ਓਪਰੇਟਰ ਜਿਹੜਾ ਹੈ ਸਿੰਗਰ ਦੇ ਨਾਲ ਇਸ ਕੈਬਿਨ ਦੇ ਵਿੱਚ ਕਿੱਦਾਂ ਕੰਟੈਕਟ ਕਰ ਸਕਦਾ। ਔਰ ਉਸ ਤੋਂ ਜ਼ਰੂਰੀ ਚੀਜ਼ ਕੀ ਆ, ਆਹ ਜਿਹੜਾ ਮਾਈਕ ਲੱਗਿਆ, ਹੁਣ ਮਾਈਕ ਕੋਈ ਵੀ ਹੋ ਸਕਦਾ, ਇਸ ਤਰ੍ਹਾਂ ਦਾ ਵੀ ਹੋ ਸਕਦਾ, ਇਸ ਤਰੀਕੇ ਦਾ ਡਾਇਨਾਮਿਕ ਮਾਈਕ ਵੀ ਹੋ ਸਕਦਾ, ਜਿਹਦੇ ਨਾਲ ਅਸੀਂ ਜੋ ਆਰਟਿਸਟ ਅੰਦਰ ਗਾ ਰਿਹਾ ਉਹਦੇ ਨਾਲ ਅਸੀਂ ਕੰਟੈਕਟ 'ਚ ਰਹੀਏ, ਅਸੀਂ ਉਹਦੇ ਨਾਲ ਗੱਲਬਾਤ ਕਰ ਸਕੀਏ, ਕਿਉਂਕਿ ਅੰਦਰ ਆਵਾਜ਼ ਜਾਂਦੀ ਨਹੀਂ। ਅਗਰ ਅਸੀਂ ਵੈਸੇ ਬੋਲਾਂਗੇ ਆਵਾਜ਼ ਅੰਦਰ ਨਹੀਂ ਜਾਏਗੀ, ਨਾ ਹੀ ਆਪਾਂ ਨੂੰ ਉਹਦੀ ਆਵਾਜ਼ ਸੁਣੇਗੀ। ਸੋ ਕੰਟੈਕਟ ਕਾਹਦੇ ਨਾਲ ਰੱਖਣਾ ਹੈ, ਮਾਈਕ ਦੇ ਨਾਲ। ਸੋ ਇਹ ਸਾਰਾ ਅਟੈਚ ਹੁੰਦਾ ਸਿਸਟਮ, ਤਾਂ ਜੋ ਹੈੱਡਫੋਨ ਆਰਟਿਸਟ ਅੰਦਰ ਲਗਾਉਂਦਾ ਤਾਂ ਉਹਨੂੰ ਆਵਾਜ਼ ਜਿਹੜੀ ਹੈ ਸੁਣਦੀ ਆ, ਉਹ ਸੁਣਦੀ ਆ ਮਾਈਕ ਦੇ ਥਰੂ। ਸੋ ਇੱਕ ਹੋਰ ਜ਼ਰੂਰੀ ਚੀਜ਼ ਹੈ, ਆਹ ਦੇਖੋ ਆ ਪੈਡਿੰਗ ਜਿਹੜੀ ਲੱਗੀ ਹੈ ਨਾ, ਠੀਕ ਹੈ, ਇਹ ਜ਼ਰੂਰੀ ਹੈ ਸਟੂਡੀਓ ਦੇ ਵਿੱਚ। ਅਗਰ ਤੁਸੀਂ ਸਟੂਡੀਓ ਦੇ ਵਿੱਚ ਪੈਡਿੰਗ ਨਹੀਂ ਕਰਵਾਉਂਦੇ, ਆਵਾਜ਼ ਗੂੰਜੇਗੀ ਤਾਂ ਕਿਹੜੀ ਹੈ ਸਾਊਂਡ ਜਿਹੜੀ ਹੈ ਰਿਕਾਰਡ, ਐਕਸਟਰਾ ਸਾਊਂਡ ਹੈ, ਉਹ ਰਿਕਾਰਡ ਹੋਏਗੀ ਮਾਈਕ ਦੇ ਵਿੱਚ। ਸੋ ਆਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਮੈਂ ਇੱਕ ਵਾਰ ਦਿਖਾਉਣਾ ਚਾਹੁੰਦਾ ਸਾਰਾ ਸਟੂਡੀਓ ਦਾ, ਜਿਹੜਾ ਆਹ ਪ੍ਰਪੋਰਸ਼ਨ ਹੈ, ਤੁਸੀਂ ਦਿਖਾ ਸਕਦੇ ਹੋ ਕੈਮਰੇ ਦੇ ਵਿੱਚ। ਸੋ ਆਹ ਸਾਰੀ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਪੂਰੇ ਸਟੂਡੀਓ ਦੇ ਵਿੱਚ। ਤੁਸੀਂ ਜਿੱਥੇ ਮਰਜ਼ੀ ਨਿਗਾਹ ਮਾਰ ਲਓ, ਇਹ ਪੈਡਿੰਗ ਕੀਤੀ ਹੋਈ ਹੈ, ਚਾਹੇ ਉਹ ਕੈਬਿਨ ਦੇ ਅੰਦਰ ਹੈ, ਚਾਹੇ ਸਟੂਡੀਓ ਦੇ ਬਾਹਰ ਓਪਰੇਟਿੰਗ ਜਿਹੜਾ ਏਰੀਆ ਉਹਦੇ ਵਿੱਚ ਵੀ ਹੈ। ਸੋ ਇਸ ਤੋਂ ਇਲਾਵਾ ਛੋਟੀਆਂ ਛੋਟੀਆਂ ਚੀਜ਼ਾਂ ਨੇ ਫਿਲਹਾਲ, ਇਹ ਸਫਾਈ ਵਾਸਤੇ ਰੱਖਿਆ ਹੋਇਆ, ਠੀਕ ਹੈ। ਅਤੇ ਸਾਊਂਡ ਕਾਰਡ ਹੋ ਗਈ, ਇਹਨਾਂ ਦਾ ਇੱਕ ਅਲੱਗ ਪੋਰਸ਼ਨ ਬਣਾਇਆ ਹੋਇਆ। ਆਹ ਦੇਖੋ ਕਿੰਨੇ ਤਰ੍ਹਾਂ ਦੇ
ਹੈਡਫੋਨਸ ਰੱਖੇ ਹੋਏ ਆ, ਮਿਕਸਿੰਗ ਮਾਸਟਰਿੰਗ ਜਦੋਂ ਕਰਦੇ ਹਾਂ ਉਹਦੇ ਨਾਲ ਦੀ ਜ਼ਰੂਰਤ ਪੈਂਦੀ ਹੈ, ਮੋਨੀਟਰਸ 'ਤੇ ਵੀ ਅਸੀਂ ਮਿਕਸਿੰਗ ਮਾਸਟਰਿੰਗ ਕਰ ਸਕਦੇ ਹਾਂ, ਉਸ ਤੋਂ ਇਲਾਵਾ ਮਿਕਸਰ ਜਿਹੜਾ ਹੋਗਾ, ਉਸ ਦਾ PC ਜਿਹੜਾ ਅਸੀਂ ਚਲਵਾ ਰਹੇ ਹਾਂ, ਜੋ ਵੀ ਹੈ LED ਲੱਗੀ ਹੈ, ਜੋ ਵੀ ਕੁਛ ਹੈ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਇਹ ਸੀਗੀ ਜੀ ਸਟੂਡੀਓ ਦੀ ਇੱਕ ਬਹੁਤ ਹੀ ਛੋਟੀ ਜਿਹੀ ਵੀਡੀਓ ਤੁਹਾਡੇ ਲਈ। ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਏਗੀ। ਸੋ ਇੱਦਾਂ ਦੀਆਂ ਬਹੁਤ ਸਾਰੀ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਪਸੰਦ ਆਈ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਕਰੋ। ਅਗਰ ਤੁਹਾਨੂੰ ਕੋਈ ਮਿਊਜ਼ਿਕ ਨਾਲ ਰਿਲੇਟਡ ਵੀਡੀਓ ਕੋਈ ਚਾਹੀਦੀ ਹੈ ਤਾਂ ਤੁਸੀਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ, ਅਸੀਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਏਗੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।